ਕੀ ਹਾਲਾ ਫਿਰ ਸ਼ਿਕਾਰੀਓ ਕੈਮੋਂ ਥੋੜਾ ਦਿਨ ਪਹਿਲਾਂ ਆ ਫੋਟੋ ਜੀ ਬੜੀ ਵਾਇਰਲ ਹੋ ਰਹੀ ਸੀ ਕਿ ਬਹੁਤ ਜ਼ਿਆਦਾ ਵਾਇਰਲ ਹੋਈ ਜੀ ਵੀ ਪ੍ਰੇਮ ਟਿਲੋਂ ਕਹਿੰਦੇ ਵੀ ਅਕਾਲੀ ਦਲ ਤੇ ਚਲੇ ਗਿਆ ਮੂਸਲਾ ਦਾ ਕਹਿੰਦੇ ਕਾਂਗਰਸ ਦਾ ਕਹਿੰਦੇ ਕਿ ਚੱਕਰਾਂ ਕਹਿੰਦੇ ਚਾ ਫਿਰ ਐ ਵੀ ਹੋ ਸਕਦਾ ਵੀ ਵੈਸੀ ਮਿਲੇ ਹੋਣੇ ਆ ਜ਼ਰੂਰੀ ਨਹੀਂ ਹੁੰਦਾ ਹਰ ਇੱਕ ਵਾਰ ਵੀ ਕੋਈ ਸੰਕਰ ਜੇ ਕਿਸ ਨੂੰ ਮਿਲੇ ਆ ਵੀ ਉਹ ਪਾਰਟੀ ਜੁਆਇਨ ਕਰ ਲਈ ਉਹਨੇ ਪਰ ਚੱਕਰ ਤਾਂ ਉਦੋਂ ਪਿਆ ਜਦ ਇਹ ਫੋਟੋ ਸ਼ੈਰੀਮਾਨ ਨੇ ਸ਼ੇਅਰ ਕਰਤੀ ਸ਼ੈਰੀਮਾਨ ਫੋਟੋ ਸ਼ੇਅਰ ਪ੍ਰੇਮ ਟਿਲੋਂ ਵਾਲੀ ਕਰੀ ਜਾਵੇ ਉੱਪਰ ਲਿਖੀ ਜਾਵੇ ਕੰਗ੍ਰੈਟਸ ਟੂ ਜਾਰਡਨ ਸੰਧੂ ਮੈਰਿਜ ਬਰਦਰਸ ਸ਼ੈਰੀ ਮਾਰਦਾ ਵੀ ਚਮਚਾ ਵੀਰੇ ਦਾ ਤੇਜ ਲੱਗਿਆ ਹੋਇਆ ਸੀਗਾ ਉਹ ਤਾਂ ਕਿਤੇ ਨਸੇ ਨੂੰ ਸੇਚ ਨਿਕਲ ਗਿਆ ਮੂੰਹ ਆ ਨਸੇ ਨੂੰ ਸੇਚ ਹੋ ਗਈ ਗੱਲ ਉਹ ਕਿਤੇ ਉਹਦਾ ਵੱਧ ਬੁੱਧ ਕਿਤੇ ਚੜਿਆ ਹੋਇਆ ਸੀ ਚਮਚਾ ਅੱਛਾ ਕਿਵੇਂ ਲਾ ਤਾਂ ਬਾਅਦੋਂ ਡਿਲੀਟ ਕਰਤੀ ਸੀਗੀ ਤੇ ਬਾਕੀ ਹੋਰ ਤੁਹਾਨੂੰ ਪਤਾ ਹੀ ਹੈ ਦੀ ਪੋਲਿਟਿਕਸ ਦਾ ਸਿਸਟਮ ਚੱਲਿਆ ਸਿੱਧੂ ਮੂਸੇ ਵਾਲੇ ਨਾਲ ਤੇ ਕਹਿੰਦੇ ਹੋਰ ਪੋਲਿਟਿਕਸ ਵਾਲੇ ਜਿਹੜੇ ਜਵਾਬ ਦਿੰਦੇ ਸਿੱਧੂ ਮੂਸੇ ਵਾਲੇ ਨੂੰ ਉਹ ਵੀ ਦੂਏ ਸਿੰਗਰਾਂ ਦੇ ਜਿਹਦੇ ਨਾਲ ਕਹਿੰਦੇ ਵੀ ਲੱਗਦੀ ਹੈ ਕਿ ਗੱਭੂ ਮਾਨ ਦਾ ਇੱਕ ਗਾਣਾ ਸੀਗਾ ਬੱਕਰੀ ਬਣਾ ਕੇ ਤੋਰਾਂਗੇ ਤਾਂ ਕਿਸੇ ਰਿਪੋਰਟਰ ਨੇ ਪੁੱਛਿਆ ਇੱਕ ਕਿਸੇ 리ਡਰ ਨੂੰ ਵੀ ਭਾਈ ਸਿੱਧੂ ਮੂਸੇ ਵਾਲਾ ਆਇਆ ਵੀ ਜੁਆਇਨ ਕੀਤਾ ਵੀ ਉਹਨੂੰ ਟਿਕਟ ਮਿਲ ਗਈ ਵੀ ਉਹਦੇ ਬਾਰੇ ਕੀ ਕਹੋਗੇ ਵੀ ਟਿਕਟ ਦਾ ਸਿੱਧੂ ਮੂਸੇ ਵਾਲਾ ਨੂੰ ਮਿਲ ਗਈ ਸਿੱਧੂ ਮੁਸੇਵਾਲਾ ਨੂੰ ਮਿਲ ਗਈ ਤਾਂ ਗੱਲ ਹੀ ਕੁਝ ਨਹੀਂ ਜੀ ਜਿਵੇਂ ਇੱਕ ਗਾਇਕ ਨੇ ਬਹੁਤ ਸੋਹਣੇ ਬੋਲ ਐ ਬੋਲੇ ਨੇ ਫਿਰਨੀ ਤੇ ਕਿਕਰਾਂ ਲੱਗੀਆਂ ਨੇ ਆਪਾਂ ਬਹਿ ਕੇ ਤੁੱਕੇ ਤੋੜਾਂਗੇ ਉਹ ਆਪਣਾ ਸ਼ੇਰ ਲਿਆ ਚੰਨੀ ਅਸੀਂ ਬੱਕਰੀ ਬਣਾ ਕੇ ਤੋਰਾਂਗੇ ਉਹ ਤਾਂ ਗੱਲ ਹੀ ਕੁਛ ਨਹੀਂ ਬੱਕਰੀ ਬਣਾ ਕੇ ਤੋਰਾਂਗੇ ਜੀ ਸ਼ੁਗਲੇ ਆ ਯਾਰ ਦੇ ਲਓ ਐਂਟਰਟੇਨਮੈਂਟ ਜ਼ਿਆਦਾ ਹੁੰਦਾ ਮੁੱਦਿਆਂ ਨਾਲੋਂ ਅੱਜ ਕੱਲ ਇਲੈਕਸ਼ਨ ਦੇ ਟਾਈਮ ਬਾਕੀ ਤਰਸੇਮ ਜਿਸਰੂਣੀ ਵੀ ਫੁੱਲ ਪ੍ਰਭਾਵਿਤ ਹੋਏ ਹੋਏ ਨੇ ਵਾਜ਼ਿਰ ਤੋਂ ਵਾਜ਼ਰ ਨਾ ਪੂਰੀ ਈਪੀ ਆ ਰਹੀ ਆ ਪੰਜ ਗਾਣੇ ਆ ਦੀ ਕਿੰਗ ਪਿੰਨ ਗਾਣਾ ਤੁਹਾਨੂੰ ਪਤਾ ਹੀ ਆ ਬਹੁਤ ਚੱਲੇ ਆ ਰੀਲਾਂ ਰੂਲਾਂ ਚ ਕੀ ਬੋਲਾ ਚੱਲੇ ਆ ਯਾਰ ਸਾਰੇ ਪਾਸੇ ਜਿੱਧਰ ਨੂੰ ਜਾਂਦੇ ਸੀ ਉਹੀ ਚੱਲਦਾ ਰਹਿੰਦਾ ਸੀ ਤਾਂ ਇੱਕ ਵਾਈਬ ਵੀ ਉਹਦੀ ਲਾਗਾ ਬੰਦੇ ਦੀ ਕਈ ਵਾਰ ਵਾਈਬ ਜੀ ਨਾ ਅਗਲੇ ਨੂੰ ਫਿੱਟ ਪੈ ਜਾਂਦੀ ਹੈ ਜਿਵੇਂ ਤਰਸ ਇਹ ਪਲੇਕਨ ਵਾਈਡ ਜਿਆ ਐਸ਼ੇ 뮤ਜ਼ਿਕ ਜਿਆ ਵੀ ਫਿੱਟ ਬੈਹਂਦੀ ਸਮਝ ਲਓ ਤਾਂ ਕਰਕੇ ਪੂਰੀ ਪੰਜ ਗਾਣਿਆਂ ਦੀ ਈਪੀ ਉਹ ਦੇਖ ਲਓ ਬਾਜ਼ਰ ਨਾ ਆ ਰਹੀ ਐ ਸਾਰਾ 뮤ਜ਼ਿਕ ਬਾਜ਼ਰ ਦਾ ਬਾਕੀ ਇੱਕ ਥੋੜੇ ਦਿਨ ਪਹਿਲਾਂ ਨਾ ਪੜ ਰਿਹਾ ਸੀਗਾ ਰਿਸਰਚ ਜੀ ਆਈ ਸੀਗੀ ਨਵੀਂ ਵੀ ਜਿਹੜੀ ਮਾੜੀ 에ਅਰ ਕੁਆਲਿਟੀ ਐ ਉਹ ਬਹੁਤ ਲੌਂਗ ਟਰਮ ਚ ਆਪਣੇ ਦਿਮਾਗ ਤੇ ਫਰਕ ਪਾਉਂਦੀ ਐ ਵੀ ਉਹਨਾਂ ਲਾਈਫ ਵੀ ਆਪਣੀ ਘੱਟ ਹੋ ਜਾਂਦੀ ਐ ਮਾੜੀ 에ਅਰ ਕੁਆਲਿਟੀ ਨਾਲ ਹੋਰ ਵੀ ਬਹੁਤ ਚੀਜ਼ਾਂ ਨੇ ਤੁਸੀਂ ਦੇਖਿਆ ਹੋਊਗਾ ਨਾ ਆਪਣੇ ਤਾਂ ਜਿਹੜਾ 에ਅਰ ਕੁਆਲਿਟੀ ਮੈਪ ਹੁੰਦਾ ਏ ਲਾਲ ਹੀ ਹੁੰਦਾ ਲਗਭਗ ਵੀ 100 ਤੋਂ ਉੱਪਰ ਕਹਿੰਦੇ ਹੁੰਦੇ ਆ ਵੀ ਬ ਪਰ ਜਦੋਂ ਨਵੀਂ ਦਿੱਲੀ ਜਿੱਥੇ ਪਰਪਲ ਚ ਫਿਰਦਾ ਹੁੰਦਾ ਵੀ ਜਿਹੜਾ 마ਸਕ ਪੱਕੇ ਹੀ ਬਾਕੇ ਘੁੰਮਣੇ ਚਾਹੀਦੇ ਉਹਨਾਂ ਨੂੰ ਇਹ ਲੈਵਲ ਆ ਤੇ ਆਪਣੇ ਵੀ ਪਿਛਲੇ ਥੋੜੇ ਦਿਨਾਂ ਦਾ ਮੀਂਹ ਜਪਿਆ ਹੋਇਆ ਤਾਂ ਕਰਕੇ ਹਰੇ ਚੱਲ ਰਿਹਾ ਮੈਪ ਪਰ ਇਹ ਵੀ ਹਫਤੇ ਦੀ ਉਹ ਗੇਮ ਆ ਲਾਲ ਹੋ ਜਾਣਾ ਆਪਣੇ ਵੀ ਯਾਨੀ ਕਹਿ ਲਓ ਵੀ ਬਹੁਤ ਪੋਲੂਸ਼ਨ ਰਹਿੰਦਾ ਪਰ ਇਹ ਤੁਸੀਂ ਦੇਖਿਆ ਹੋਊਗਾ ਨਾ ਹੋਰ ਜਿਹੜੀਆਂ ਡਿਵੈਲਪਰ ਕੰਟਰੀਆਂ ਨੇ ਜਿਵੇਂ ਯੂਰਪ ਦੇ ਜਾਂ ਕੋਈ ਕੰਟਰੀਆਂ ਜਾਂ ਅਮਰੀਕਾ ਜਾਂ ਰਸ਼ੀਆ ਇੱਧਰ ਕਾਫੀ ਇਹ ਕੰਟਰੋਲ ਰੱਖਦੇ ਨੇ ਇਹ ਚੀਜ਼ਾਂ ਤੇ ਵੀ ਫੈਕਟਰੀਆਂ ਤੇ ਬੰਦੀਆਂ ਬਹੁਤ ਰੈਗੂਲੇਸ਼ਨ ਚੰਗੀ ਤਰੀਕੇ ਨਾਲ ਲਾਈਆਂ ਹੁੰਦੀਆਂ ਵੀ ਉਹ ਫਲੂਟ ਆਲੀਆਂ ਹੋਰ ਨੇ ਕਹਿੰਦੇ ਵੀ ਹਾਥੀ ਰਾਂ ਤਾਂ ਦਿਖਾਉਣ ਵਾਲੇ ਹੋਰ ਨੇ ਖਾਣ ਵਾਲੇ ਹੋਰ ਨੇ ਜਿਹੜਾ 에ਅਰ ਪੋਲਿਊਸ਼ਨ ਆ ਉਹ ਤਾਂ ਇਨਸਟੈਂਟ ਫਰਕ ਪਾਉਂਦਾ ਵੀ ਆਪਣੇ ਤੇ ਪਰ ਜਿਹੜੇ ਕਾਰਬਨ ਐਮੀਸ਼ਨ ਆ ਨਾ ਗ੍ਰੀਨ ਹਾਊਸ ਗੈਸਾਂ ਜੀ ਨਾਲ ਓਵਰਆਲ ਅਰਥਾ ਦਾ ਟੈਂਪਰੇਚਰ ਵੱਧਦਾ ਓਜ਼ੋਨ ਲੇਅਰ ਤੇ ਫਰਕ ਪੈਂਦਾ ਉਹ ਹੋਰ ਨੇ ਉਹ ਸਭ ਤੋਂ ਜ਼ਿਆਦਾ ਕਹਿ ਲਓ ਵੀ 1750 ਤੋਂ ਲੈ ਕੇ 2020 ਤੱਕ ਦਾ ਡਾਟਾ ਸੀਗਾ ਵੀ ਕਿਹਨੇ ਕਿੰਨਾ ਕਾਰਬਨ ਐਮੀਸ਼ਨਸ ਅਜ ਤੱਕ ਬਣਾਇਆ ਇੱਕ ਸਾਇੰਟਿਸਟਾਂ ਦੀ ਟੀਮ ਨੇ ਉਹਨਾਂ ਨੇ ਦੱਸਿਆ ਸੀਗਾ ਸਭ ਤੋਂ ਵੱਧ ਯੂ ਐਸ اے ਨੇ ਕਾਰਬਨ ਐਮੀਸ਼ਨ ਵਧਾਈ ਆ ਪੂਰੇ ਅਰਥਾ ਤੇ 24.24% ਚੱਕਰ ਕੀ ਸੀਗਾ ਨਾ ਜਦ ਇੰਡਸਟਰੀਅਲਾਈਜੇਸ਼ਨ ਸ਼ੁਰੂ ਹੋਈ ਆ ਸ਼ੁਰੂਆਤ 'ਚ ਪਹਿਲੀਆਂ-ਪਹਿਲੀਆਂ 'ਚ ਜਿਹੜੀਆਂ ਰਿਚ ਕੰਟਰੀਆਂ ਸੀਗੀਆਂ ਉਹਨਾਂ ਨੇ ਤਾਂ ਆਪਣਾ ਬਹੁਤ ਸਪੀਡ ਅਪ ਕਰਕੇ ਕੰਮ ਬਹੁਤ ਅੱਗੇ ਖਿੱਚ ਲਿਆ ਹੁਣ ਜਿਵੇਂ ਇੰਡੀਆ ਵਰਗੀਆਂ ਜਿਹੜੀ ਡਿਵੈਲਪਡ ਕੰਟਰੀਆਂ 'ਚ ਪਹਿਲੇ ਦੀਆਂ ਜਿਨ੍ਹਾਂ ਤੇ ਬ੍ਰਿਟਿਸ਼ ਦਾ ਰਾਜ ਸੀਗਾ ਜਿਹੜੇ ਅੰਡਰ ਸੀਗੇ ਜਿਹੜੇ ਵਰਤਦੇ ਸੀਗੇ ਆਪਣੀ ਕੰਟਰੀਆਂ ਨੂੰ ਉਹਨਾਂ ਕੋਲ ਨੇ ਰਿਸੋਰਸ ਨਹੀਂ ਦਿੱਤੇ ਜਾਂਦੇ ਸੀਗੇ ਉਹਨਾਂ ਤੋਂ ਖੋਹ ਲਏ ਜਾਂਦੇ ਸੀ ਰਿਸੋਰਸ ਉਹਨਾਂ ਦੀ ਇੰਡਸਟਰੀਅਲਾਈਜੇਸ਼ਨ ਬਹੁਤ ਟਾਈਮ ਬਾਅਦ ਹੋਈ ਆ ਆਜ਼ਾਦੀ ਮਿਲੀ ਉਹ ਤੋਂ ਬਾਅਦ ਹੌਲੀ-ਹੌਲੀ ਡਿਵੈਲ ਦਾ ਤਾਂ ਕਰਕੇ ਹੁਣ ਅਮਰੀਕਾ ਵਾਲੇ ਹੋਰ ਯੂਰਪ ਕੰਟਰੀ ਵਾਲੇ ਕਹਿੰਦੇ ਨੇ ਵੀ ਭਾਈ ਤੁਸੀਂ ਨੈਟ ਜ਼ੀਰੋ ਦਾ ਸਾਡੇ ਨਾਲ ਵਾਅਦਾ ਕਰੋ ਵੀ ਭਾਈ ਆਪਾਂ ਸਾਰੀ ਧਰਤੀ ਨੂੰ ਨਾ ਉਹ ਬਣਾਉਣਾ ਵੀ ਕਾਰਬਨ ਐਂਬੀਸ਼ਨਸ ਤੋਂ ਫ੍ਰੀ ਕਰਨਾ ਮਤਲਬ ਵੀ ਪਹਿਲਾਂ ਵਾਲੀਆਂ ਤੇ ਜਿਹੜੀਆਂ ਹੈਗੀਆਂ ਨੇ ਹੈਗੀਆਂ ਨੇ ਪਰ ਜਿਹੜੀਆਂ ਅੱਗੇ ਤੋਂ ਪ੍ਰੋਡਿਊਸ ਹੋਣਗੀਆਂ ਉਹ ਨੈਟ ਜ਼ੀਰੋ ਪ੍ਰੋਡਿਊਸ ਹੋਣਗੀਆਂ ਵੀ ਨਾ ਦੇ ਬਰਾਬਰ ਇੰਡੀਆ ਵਾਲਿਆਂ ਨੇ ਇਹ ਕਿਹਾ ਵੀ ਅਜੇ ਅਸੀਂ ਇਹ ਚੀਜ਼ ਨਹੀਂ ਕਰ ਸਕਦੇ ਕਿਉਂਕਿ ਅਜੇ ਸਾਡੀ ਬਹੁਤ ਡਿਵੈਲਪਮੈਂਟ ਹੋਣੀ ਹੈ ਸਾਨੂੰ ਬਹੁਤ ਇੰਟਰਸਟ ਲਾਈਜੇਸ਼ਨ ਦੀ ਲੋੜ ਆ ਵੀ 2070 ਤੱਕ ਅਸੀਂ ਇਹ ਕਰ ਸਕਦੇ ਹਾਂ ਪਰ ਇਹ ਐਨੇ ਚਲਾ ਕੇ ਨੇੜੇ ਯੂਰਪ ਕੰਟਰੀਆਂ ਵਾਲੇ ਹੋਰ ਨੇ ਸਭ ਤੋਂ ਵੱਧ ਇਹਨਾਂ ਨੇ ਫਾਇਦਾ ਇਹਨਾਂ ਨੇ ਲਿੱਤਾ ਕਿਉਂਕਿ ਇਹ ਪਹਿਲਾ ਰਿਚ ਸਟੇਟ ਸੀਗੀ ਇਹਨਾਂ ਕੋਲ ਰਿਸੋਰਸ ਜ਼ਿਆਦਾ ਸੀਗੇ ਇਹ ਪਹਿਲੀਆਂ ਜਿਹਾ ਅਤ ਕਰਾ ਗਏ ਯਾਨੀ ਕਹਿ ਲਓ ਵੀ ਹੁਣ ਆਪ ਜਾਂ ਪੂਰੇ ਡਿਵੈਲਪਡ ਸਿਰੇ ਤੇ ਬੈਠੇ ਨੇ ਤਾਂ ਹੁਣ ਇਹ ਰੈਗੂਲੇਸ਼ਨ ਲਾਉਣੀਆਂ ਚਾਹੁੰਦੇ ਨੇ ਵੀ ਭਾਈ ਹੋਰ ਨਾ ਕੋਈ ਐ ਕਰ ਸਕੇ ਠੀਕ ਵੀ ਹੈ ਯਾਰ ਲਾਉਣੀ ਵੀ ਚਾਹੀਦੀ ਹੈ ਪਰ ਇਹ ਥੋੜੀ ਜਿਹੀ ਹਿਪੋਕ੍ਰੇਸੀ ਵੀ ਦੀਂਦੀ ਹੈ ਇਹਨਾਂ ਦੀ ਹੁਣ ਕਹਿ ਲਓ ਵੀ ਜਿਹੜਾ ਬਹੁਤ ਚੀਜ਼ਾਂ ਦੁਨੀਆ ਦੀਆਂ ਯੂਰਪ ਕੰਟਰੀਆਂ ਚ ਕਹਿ ਲਓ ਜਾਂ ਅਮਰੀਕਾ ਚ ਕਹਿ ਲਓ ਚਾਈਨਾ ਤੋਂ ਚੀਜ਼ਾਂ ਬਣ ਕੇ ਜਾਂ ਵਣ ਕੇ ਜਾਂਦੀ ਆ ਜੇ ਹੁਣ ਇੰਨੇ ਹੀ ਦਮਾਂ ਉਹਨਾਂ ਚ ਵੀ ਉਹ ਕਹਿੰਦੇ ਨੇ ਵੀ ਹੁਣ ਚੈਨਾ ਵਾਲੇ ਜਾਂ ਇੰਡੀਆ ਵਾਲੇ ਵੀ ਉਹ ਕਰਦੇ ਨੇ ਵੀ ਪੋਲਿਊਸ਼ਨ ਕਰਦੇ ਨੇ ਕਾਰਬਨ ਦਾ ਤਾਂ ਇੰਨੇ ਦਮਾਂ ਉਹ ਫੈਕਟਰੀਆਂ ਫੋਨਾਂ ਦੀਆਂ ਆਈਫੋਨਾਂ ਦੀਆਂ ਅਮਰੀਕਾ ਚ ਲਾ ਕੇ ਦੇਖ ਲੈਣ ਫਿਰ ਇਹਨਾਂ ਨੂੰ ਆਪ ਹੀ ਪਤਾ ਲੱਗ ਜੂ ਨਾ ਜਾਨੀ ਇੱਕ ਤਰ੍ਹਾਂ ਦਾ ਇਹ ਮੋਢੇ ਤੇ ਰੱਖ ਕੇ ਚਲਾਉਣਾ ਇਹਨਾਂ ਨੂੰ ਬਹੁਤ ਵਧੀਆ ਆਉਂਦਾ ਵੈਸਟ ਨੂੰ ਬਲੇਮ ਕਰਨ ਦੀ ਗੇਮ ਤਾਂ ਇਹ ਸਭ ਤੋਂ ਚੋਟੀ ਦੀ ਖੇਲਦੇ ਆ ਵੀ ਮਿੰਟ ਚ ਇੰ ਐ ਕਰ ਦਿੰਦੇ ਵੀ ਅਸੀਂ ਰੱਖੇ ਆ ਜੀ ਪੂਰੀ ਦੁਨੀਆ ਹੈਗੀ ਆ ਡਿਸਟਰੋਇਰ ਧਰਤੀ ਦੀ ਸੋ ਇਹ ਵੀ ਕੁਝ ਕੁ ਗੱਲਾਂ ਸਿਗੀਆਂ ਬਾਕੀ ਥੋੜੇ ਦਿਨ ਪਹਿਲਾਂ ਨ ਦਾ ਰਸ਼ੀਆ ਵਾਲਿਆਂ ਨੇ ਕਰਤਾ ਸੀਗਾ ਵੀ ਸਪੇਸ 'ਚ ਜਾ ਕੇ ਨਾ ਫਿਲਮ ਸ਼ੂਟ ਕਰੇ ਆਏ ਹੋ ਅਮਰੀਕਾ ਦੇ ਵੀ ਪ੍ਰੋਜੈਕਟ ਇਹ ਕਾਫੀ ਚਿਰ ਦਾ ਕਰਨਾ ਸੀਗਾ ਵੀ ਸਪੇਸ 'ਚ ਜਾ ਕੇ ਫਿਲਮ ਸ਼ੂਟ ਕਰਨੀ ਸੀ ਉਹ ਜਾਨੀ ਪਹਿਲਾਂ ਕਰੇ ਆਏ ਇੱਕ ਤਰ੍ਹਾਂ ਨਾਲ ਅਮਰੀਕਾ ਵਾਲੇ ਪੁਆਇੰਟ ਜੇ ਕੁੱਟ ਗਏ ਵੀ ਭਾਈ ਅਸੀਂ ਪਹਿਲਾਂ ਕਰੇ ਆਏ ਸੀ ਤਾਂ ਵੱਧ ਉਸਤਾਦ ਹੁਣ ਅਮਰੀਕਾ ਵਾਲਿਆਂ ਨੇ ਵੀ ਐ ਕੀਤਾ ਵੀ 2024 ਤੱਕ ਅਸੀਂ ਵੀ ਫਿਲਮ ਸ਼ੂਟ ਕਰਨੀ ਆ ਸਪੇਸ ਸਟੇਸ਼ਨ 'ਚ ਜਾ ਕੇ ਪਰ ਉਹਨਾਂ ਨੇ ਵੱਡੇ ਲੈਵਲ ਦਾ ਇੱਕ ਹੋਰ ਕੰਮ ਕਰਤਾ ਵੀ ਇਹਨਾਂ ਨੇ ਕੀ ਕਰਨਾ ਇੱਕ ਕੈਵਨ ਜੋੜਨਾ ਨਾਲ ਜਿਹੜਾ ਪਰ ਸਪੇਸ ਸਟੇਸ਼ਨ ਆ ਉਹ 'ਚ ਅਲੱਗ ਕੈਵਨ ਜੜੂ ਉਹਦੇ ਵਿੱਚ ਪਲੇਗਰਾਉਂਡ ਹੋ ਤੇ ਇੱਕ ਹੋ ਕੈਵਨ ਹੋਊਗਾ ਹੁਣ ਇਹ ਪਤਾ ਨਹੀਂ ਸ਼ਾਇਦ ਫਿਲਮ ਦੇ ਸੰਬੰਧੀ ਹੋਊਗਾ ਜਾਂ ਫਿਰ ਵੈਸੀ ਜੋੜਨਾ ਨਾਲ ਕੈਵਨ ਬਾਕੀ ਜਿਹੜਾ ਐਕਟਰ ਹੋਊਗਾ ਉਹ ਟਾਮ ਕ੍ਰੂਜ਼ ਨੂੰ ਪਤਾ ਹੀ ਹੈ ਜਿਹੜਾ ਵੀ ਵੀ ਸਾਰੇ ਸਟੰਟ ਆਪਣੇ ਆਪ ਹੀ ਕਰਦਾ ਵੀ ਭਾਈ ਮਸ਼ਹੂਰ ਜਿਹਾ ਬਹੁਤ ਆ ਵੀ ਬਹੁਤ ਤਕੜੇ ਤਕੜੇ ਸਟੰਟ ਵੀ ਉਹ ਆਪਣੇ ਆਪ ਹੀ ਕਰਦਾ ਤੇ ਉਹ ਜਾਣਗੇ ਸਪੇਸ 'ਚ ਫਿਰ ਸ਼ੂਟਿੰਗ ਕਰਕੇ ਆਉਣਗੇ ਸਪੇਸ 'ਚੋਂ ਦੇਖ ਲਓ ਬਈ ਯਾਰ ਕਿੱਥੇ ਕਿੱਥੇ ਚਲੀ ਜਾਂਦੀ ਹੈ ਦੁਨੀਆ ਸਾਰਾ ਚਲੋ ਠੀਕ ਹੈ ਵੀਰੇ ਚਲਦੇ ਹਾਂ ਅਸਤਰੀ ਕਾਲ ਯਾਰ